डियर स्टूडेंट्स, विश्व राजनीति दे विच 1945 तों लैके 1990 तक दे समें नूं दो ध्रुवी व्यवस्था दा समां कहा जांदा है, बाईपोलर सिस्टम दा समां कहा जांदा है। बाईपोलर सिस्टम होवे, मल्टीपोलर सिस्टम होवे जां यूनीपोलर सिस्टम होवे, हर सिस्टम जां हर समें दीआं आपणीआं कुछ विशेषतावां हुंदीआं हन, पूरे दुनिया नूं कुछ लाभ हुंदे हन, कुछ हानियां हुंदीआं हन। इस क्वेश्चन दे विच असीं अध्ययन करांगे कि जिहड़ा है बाईपोलर सिस्टम रिहा 1945 तो लैके 1990 तक विश्व नूं इसका की लाभ होया, की नुकसान होए। सब तो पहला असी बाईपोलर सिस्टम दे दो ध्रुवी दुनिया दे विश्व नूं की लाभ होए उन्हां ते निगाह मारदे हाँ। पहला लाभ कहा जा सकता है कि दो ध्रुवी व्यवस्था बन दे नाल शक्ति संतुलन कायम रहा। जिहड़ियां दो महाशक्तियां सी उन्हां दे विच USA अते USSR दे विचकार इह शक्ति संतुलन बनिया होया सी। ਅਤੇ ਸ਼ਕਤੀ ਸੰਤੁਲਨ ਨੂੰ ਵਿਸ਼ਵ ਸ਼ਾਂਤੀ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਕਿ ਜੇਕਰ ਬੈਲੈਂਸ ਆਫ ਪਾਵਰ ਨਹੀਂ ਹੋਵੇਗਾ ਤਾਂ ਵਿਸ਼ਵ ਦੇ ਵਿੱਚ ਸ਼ਾਂਤੀ ਕਾਇਮ ਰੱਖਣੀ ਵੀ ਸੰਭਵ ਨਹੀਂ ਹੈ। ਜਿਹੜੇ ਰੀਅਲਿਸਟ ਅਪਰੋਚ ਦੇ ਸਮਰਥਕ ਨੇ ਅੰਤਰਰਾਸ਼ਟਰੀ ਰਾਜਨੀਤੀ ਦੇ, ਉਹਨਾਂ ਦੇ ਅਨੁਸਾਰ ਸ਼ਕਤੀ ਸੰਤੁਲਨ ਹੀ ਵਿਸ਼ਵ ਸ਼ਾਂਤੀ ਕਾਇਮ ਰੱਖ ਸਕਦਾ ਹੈ ਅਤੇ ਸ਼ਕਤੀ ਸੰਤੁਲਨ ਬਣਿਆ ਰਿਹਾ ਦੋ ਧਰੁਵੀ ਵਿਵਸਥਾ ਦੇ ਦੌਰਾਨ, ਕਿਉਂਕਿ ਕਿਸੇ ਵੀ ਗੁੱਟ ਨੇ ਦੂਸਰੇ ਗੁੱਟ ਨੂੰ ਅੱਗੇ ਨਹੀਂ ਜਾਣ ਦਿੱਤਾ। ਜਿਹੜੀ ਸਮਰੱਥਾ ਇੱਕ ਮਹਾਂਸ਼ਕਤੀ ਪ੍ਰਾਪਤ ਕਰ ਲੈਂਦੀ ਸੀ, ਦੂਸਰੀ ਮਹਾਂਸ਼ਕਤੀ ਉਸ ਨੂੰ ਪ੍ਰਾਪਤ ਕਰਨ ਲਈ ਆਪਣੇ ਸਾਰੇ ਸਾਧਨ ਲਗਾ ਦਿੰਦੀ ਸੀ, ਚਾਹੇ ਉਹ ਕੋਈ ਵੀ ਖੇਤਰ ਹੋਵੇ, ਚਾਹੇ ਉਹ ਐਟੋਮਿਕ ਵੈਪਨ ਦਾ ਖੇਤਰ ਹੋਵੇ, ਚਾਹੇ ਉਹ ਕੋਈ ਰਿਸਰਚ ਦਾ ਖੇਤਰ ਹੋਵੇ, ਚਾਹੇ ਸਪੇਸ ਦਾ ਖੇਤਰ ਹੋਵੇ। ਜਿਵੇਂ 1945 ਦੇ ਵਿੱਚ ਜੇ USA ਨੇ ਐਟੋਮਿਕ ਬੰਬ ਚਲਾ ਕੇ ਦਿਖਾਏ ਜਪਾਨ ਦੇ ਵਿੱਚ, ਤਾਂ USSR ਨੇ ਆਪਣਾ ਸਾਰਾ ਤਾਣ ਲਾਇਆ ਐਟੋਮਿਕ ਪਾਵਰ ਪ੍ਰਾਪਤ ਕਰਨ ਲਈ। ਅਤੇ 1949 ਦੇ ਵਿੱਚ USSR ਨੇ ਜਾਂ ਰਸ਼ੀਆ ਨੇ ਐਟੋਮਿਕ ਵੈਪਨਸ ਪ੍ਰਾਪਤ ਕਰ ਲਏ। ਫਿਰ ਸ਼ੁਰੂ ਹੋਈ ਸਪੇਸ ਰੇਸ, ਰਿਸਰਚ ਦੀ ਰੇਸ। USSR ਪਹਿਲਾ ਇਸ ਤਰ੍ਹਾਂ ਦਾ ਕੰਟਰੀ ਬਣਿਆ ਜਿਸ ਨੇ ਇੱਕ ਮਨੁੱਖ ਨੂੰ ਸਪੇਸ ਦੇ ਵਿੱਚ ਭੇਜਿਆ, ਅਤੇ ਇਸ ਦੇ ਬਦਲੇ ਦੇ ਵਿੱਚ USA ਨੇ ਪੂਰਾ ਜ਼ੋਰ ਲਾਇਆ ਇਸ ਰਿਸਰਚ 'ਤੇ। USA ਪਹਿਲਾ ਇਸ ਤਰ੍ਹਾਂ ਦਾ ਕੰਟਰੀ ਬਣਿਆ ਜਿਸ ਨੇ ਚੰਦਰਮਾ 'ਤੇ ਪਹਿਲੇ ਵਿਅਕਤੀ ਨੂੰ ਭੇਜਿਆ। ਇਸ ਤਰ੍ਹਾਂ ਹਰ ਖੇਤਰ ਦੇ ਵਿੱਚ ਦੋਨੇ ਮਹਾਂਸ਼ਕਤੀਆਂ ਪੂਰਾ ਤਾਣ ਲਾ ਦਿੰਦੀਆਂ ਸੀ ਇੱਕ ਦੂਸਰੇ ਦੀ ਬਰਾਬਰੀ ਕਰਨ ਦੀਆਂ। ਇਸ ਕਰਕੇ ਹਰ ਸੈਕਟਰ ਦੇ ਵਿੱਚ ਦੋਹਾਂ ਸ਼ਕਤੀਆਂ ਦੇ ਵਿੱਚ, ਦੋਹਾਂ ਮਹਾਂਸ਼ਕਤੀਆਂ ਦੇ ਵਿੱਚ ਬੈਲੈਂਸ ਆਫ ਪਾਵਰ ਬਣਿਆ ਰਿਹਾ। ਦੂਸਰਾ ਲਾਭ ਮੰਨਿਆ ਜਾ ਸਕਦਾ ਹੈ ਕਿ ਕਿਸੇ ਵੱਡੇ ਯੁੱਧ ਤੋਂ ਬਚਾ ਰਿਹਾ। ਦੋ ਧਰੁਵੀ ਵਿਵਸਥਾ ਦੇ ਦੌਰਾਨ ਵਿਸ਼ਵ ਦੇ ਵਿੱਚ ਕੋਈ ਵੀ ਵੱਡਾ ਯੁੱਧ ਨਹੀਂ ਹੋਇਆ। ਕੁਝ ਘਰੇਲੂ ਯੁੱਧ ਹੋਏ ਜਿਨ੍ਹਾਂ ਦੇ ਵਿੱਚ ਦੋਹਾਂ ਹੀ ਮਹਾਂਸ਼ਕਤੀਆਂ ਨੇ ਇੱਕ ਦੂਸਰੇ ਦੇ ਵਿਰੁੱਧ ਆਪਣੇ ਆਪ ਨੂੰ ਖੜਾ ਕੀਤਾ, ਪਰੰਤੂ ਦੋਹਾਂ ਮਹਾਂਸ਼ਕਤੀਆਂ ਨੇ ਕਿਤੇ ਵੀ ਇਹ ਰਿਸਕ ਨਹੀਂ ਲਿਆ ਕਿ ਅਸੀਂ ਡਾਇਰੈਕਟ ਆਪ ਯੁੱਧ ਦੇ ਵਿੱਚ ਇੱਕ ਦੂਸਰੇ ਦੇ ਵਿਰੁੱਧ ਯੁੱਧ ਦੇ ਵਿੱਚ ਇਨਵੋਲਵ ਹੋਈਏ। ਇਸ ਨਾਲ ਕਮਜ਼ੋਰ ਰਾਜਾਂ ਦੀ ਸੁਰੱਖਿਆ ਜਿਹੜੀ ਉਸ ਦੀ ਸ਼ਿਓਰਿਟੀ ਬਣੀ, ਕਿਉਂਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਬਹੁਤ ਸਾਰੇ ਰਾਜ ਇਸ ਤਰ੍ਹਾਂ ਦੇ ਹੋਂਦ ਵਿੱਚ ਆਏ ਜਿਹੜੇ ਬਹੁਤ ਕਮਜ਼ੋਰ ਸੀ, ਸੈਨਿਕ ਪੱਖ ਤੋਂ, ਇੰਡਸਟਰੀ ਦੇ ਪੱਖ ਤੋਂ, ਇਕਨੋਮਿਕ ਪੱਖ ਤੋਂ, ਮੈਨਪਾਵਰ ਦੇ ਪੱਖ ਤੋਂ, ਕਿਉਂਕਿ ਉਹ ਰਾਜ ਲੰਬਾ ਸਮਾਂ ਗੁਲਾਮ ਰਹੇ ਸੀ ਯੂਰਪੀਅਨ ਪਾਵਰਸ ਦੇ। ਇਸ ਕਰਕੇ ਉਹਨਾਂ ਦਾ ਹਰ ਸੈਕਟਰ ਹੈ ਜਿਹੜਾ ਇਹਨਾਂ ਯੂਰਪੀਅਨ ਪਾਵਰਸ ਨੇ, ਇਹਨਾਂ ਕਲੋਨੀਅਲ ਮਾਸਟਰਸ ਨੇ ਤਬਾਹ ਕਰ ਦਿੱਤਾ ਸੀ। ਇਹਨਾਂ ਰਾਜਾਂ ਦੀ ਆਰਥਿਕ, ਉਦਯੋਗਿਕ ਅਤੇ ਸੈਨਿਕ ਸਮਰੱਥਾ ਪੂਰੀ ਤਰ੍ਹਾਂ ਨਸ਼ਟ ਹੋਈ ਹੋਣ ਕਰਕੇ ਇਹ ਆਪਣੀ ਸੁਰੱਖਿਆ ਆਪ ਨਹੀਂ ਕਰ ਸਕਦੇ ਸੀ, ਪਰੰਤੂ ਦੋ ਧਰੁਵੀ ਵਿਵਸਥਾ ਨੇ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ। ਇਸ ਤਰ੍ਹਾਂ ਸੁਰੱਖਿਆ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਸੇ ਰਾਜ ਲਈ, ਕਿਸੇ ਰਾਜ ਦੇ ਲੋਕਾਂ ਲਈ, ਉਹ ਅੰਤ ਦੋ ਧਰੁਵੀ ਵਿਵਸਥਾ ਕਾਰਨ ਹਰ ਤਰ੍ਹਾਂ ਦੇ ਰਾਜ ਨੂੰ ਪ੍ਰਾਪਤ ਹੋਈ, ਚਾਹੇ ਸ਼ਕਤੀਸ਼ਾਲੀ ਰਾਜ ਸੀ, ਚਾਹੇ ਉਹ ਕਮਜ਼ੋਰ ਰਾਜ ਸੀ। ਪਰੰਤੂ ਦੋ ਧਰੁਵੀ ਵਿਵਸਥਾ ਦੇ ਇਕੱਲੇ ਲਾਭ ਨਹੀਂ ਹਨ, ਦੋ ਧਰੁਵੀ ਵਿਵਸਥਾ ਦੇ ਕੁਛ ਨੁਕਸਾਨ ਵੀ ਹੋਏ ਹਨ ਵਿਸ਼ਵ ਨੂੰ। ਦੋ ਧਰੁਵੀ ਵਿਸ਼ਵ ਦਾ ਪਹਿਲਾ ਨੁਕਸਾਨ ਕਿਹਾ ਜਾ ਸਕਦਾ ਹੈ ਕਿ ਭਿਆਨਕ ਯੁੱਧ ਦਾ ਖਤਰਾ ਹਰ ਸਮੇਂ ਬਣਿਆ ਰਿਹਾ। ਜਿੰਨਾ ਚਿਰ ਇਹ ਦੋ ਪਾਵਰ ਸੈਂਟਰ ਬਣੇ ਰਹੇ, USA ਅਤੇ USSR, ਇਹ ਇਕੱਲੇ ਪਾਵਰ ਸੈਂਟਰ ਨਹੀਂ ਸੀ, ਇਹ ਆਪੋ ਆਪਣੇ ਧੜਿਆਂ ਦੇ ਮੋਢੀ ਸੀ, ਉਹਨਾਂ ਦੇ ਲੀਡਰ ਸੀ। ਅਤੇ ਜਿੰਨਾ ਚਿਰ ਇਹ ਦੁਨੀਆ ਦੋ ਇਹ ਦੋ ਮਹਾਂਸ਼ਕਤੀਆਂ ਰਹੀਆਂ, ਉਹਨਾਂ ਚਿਰ ਪੂਰੀ ਦੁਨੀਆ ਵੀ ਦੋ ਗਰੁੱਪਾਂ ਦੇ ਵਿੱਚ ਵੰਡੀ ਰਹੀ ਹੈ, ਜਿਸ ਕਰਕੇ ਪੂਰੇ ਵਿਸ਼ਵ ਨੂੰ ਇਹ ਲੱਗਦਾ ਸੀ ਕਿ ਅਸੀਂ ਜਿਵੇਂ ਬਰੂਦ ਦੇ ਢੇਰ 'ਤੇ ਬੈਠੇ ਹੋਈਏ ਜਿਹੜਾ ਕਦੇ ਵੀ ਫਟ ਸਕਦਾ ਹੈ ਅਤੇ ਦੁਨੀਆ ਖਤਮ ਹੋ ਸਕਦੀ ਹੈ। ਦੋਹਾਂ ਮਹਾਂਸ਼ਕਤੀਆਂ ਨੇ ਪੂਰੇ ਵਰਲਡ ਨੂੰ ਦੋ ਗਰੁੱਪਾਂ ਦੇ ਵਿੱਚ ਵੰਡਣ ਦੀ ਪੂਰੀ ਕੋਸ਼ਿਸ਼ ਕੀਤੀ, ਸਾਰੇ ਰਾਜਾਂ ਨੂੰ ਮਜਬੂਰ ਕੀਤਾ ਕਿ ਜਾਂ ਉਹ ਇੱਕ ਧੜੇ ਨਾਲ ਜਾਂ ਦੂਸਰੇ ਧੜੇ ਨਾਲ ਇਸ ਗਰੁੱਪਬਾਜ਼ੀ ਦੇ ਵਿੱਚ ਸ਼ਾਮਲ ਹੋਣ। ਦੋਹਾਂ ਹੀ ਮਹਾਂਸ਼ਕਤੀਆਂ ਨੇ ਸੈਨਿਕ ਗਠਬੰਧਨ ਬਣਾਏ, ਜਿਹੜੇ ਸੈਨਿਕ ਗਠਬੰਧਨ ਨੇ ਸਭ ਤੋਂ ਪਹਿਲਾਂ ਅਮਰੀਕਾ ਨੇ ਬਣਾਏ ਸੈਨਿਕ ਗਠਬੰਧਨ, ਸਭ ਤੋਂ ਪਹਿਲਾਂ ਨਾਟੋ ਦੀ ਸਥਾਪਨਾ ਹੋਈ 1949 ਦੇ ਵਿੱਚ। ਇਸ ਪਹਿਲੇ ਨਕਸ਼ੇ ਦੇ ਵਿੱਚ ਜੋ ਨੀਲੇ ਰੰਗ ਨਾਲ ਦਿਖਾਏ ਗਏ ਖੇਤਰ ਹਨ ਉਹ ਨਾਟੋ ਦੇ ਮੈਂਬਰ ਹਨ। ਇਸ ਤੋਂ ਬਾਅਦ ਸਾਊਥ ਈਸਟ ਏਸ਼ੀਆ ਦੇ ਵਿੱਚ ਸੀਟੋ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਕੁਛ ਰਾਜ ਸਾਊਥ ਈਸਟ ਏਸ਼ੀਆ ਨਾਲ ਸੰਬੰਧਿਤ ਸੀ ਅਤੇ ਕੁਛ ਉਹ ਰਾਜ ਵੀ ਸੀ
जिन्हां दे किसी ना किसी तरीके नाल इंटरस्ट साउथ ईस्ट एशिया दे विच जुड़े हुए सी, जां जिन्हां दे अधीन कोई इलाका है जिहड़ा कोई मैंडेट टेरिटरी है जां कोई इन्हां दी कलोनी है वह साउथ ईस्ट एशिया दे विच पैंदी सी। फिर सेंटो की स्थापना की गई जिस दे विच यूनाइटेड किंगडम, टर्की, इराक, ईरान अते पाकिस्तान शामिल सी। अते ए सारे जिहड़े सैनिक गठबंधन बनाए गए इन्हां दी प्रतिक्रिया दे वजों USSR ने वारसा पैक्ट का गठन किया। इस दे विच सारे कम्यूनिस्ट कंट्री सी, ये भी एक डिफेंस पैक्ट सी। इस तरह एक राज दा दूसरे राज नाल जो झगड़ा है वह एक ग्रुप का दूसरे ग्रुप नाल झगड़ा बन सकता सी, ते पूरा विश्व है जिहड़ा वह बर्बाद हो सकता सी। इसलिए जिन्ना चिर दो ध्रुवी बनी दुनिया बनी रही उन्ना चिर भयानक युद्ध का खतरा हर समय बनिया रहा। दूसरा इसका नुकसान होया स्वतंत्र विदेश नीति के रस्ते दे विच रुकावट बनी रही। महाशक्तियां ने, अमरीका ने अते सोवियत संघ ने कमजोर राज्यां दी स्वतंत्र विदेश नीति का निर्माण कर सकण दी स्वतंत्रता बिल्कुल नष्ट कर दित्ती सी। हर कमजोर राज नूं मजबूरी वश अपनी आर्थिक जरूरतां दी पूर्ती लई अपने आप नूं सिक्योर रखण दे लई किसे ना किसे गुट विच शामिल होना पैंदा सी, चाहे वह सोवियत ब्लॉक दे नाल मिल जाए चाहे वह अमेरिकन ब्लॉक दे नाल मिल जाए। किसी भी गुट विच जदों कोई राज शामिल हो जांदा सी तां उस तों बाद उस राज नूं अपनी विदेश नीति अपने जिहड़े मास्टर्स सी जां गुट दा मोढ़ी हुंदा सी उस दे आदेश ते ही बनाउणी पैंदी सी। तीसरा मुख नुकसान होया इस समें दा इस व्यवस्था दा हथियारां दी अन्नी दौड़ आरंभ हुई। किसी राज दी सब शक्ति दा सब तों महत्वपूर्ण पहलू असीं कह सकदे हां उसदी सैनिक शक्ति हुंदा है। इस दुवल्ले मुकाबले विच कोई भी महाशक्ति अपने आप नूं किसी पक्षों पिछे नहीं सी रखना चाहुंदी। जदों अमरीका ने 1945 दे विच एटम बंबा की वरतों की तां सोवियत संघ ने पूरा अपना ताण लाया एटोमिक भेद प्राप्त करने लई, ते 1949 दे विच इह भेद प्राप्त कर लिया अते परमाणु शक्ति बनने दे विच कामयाब हो गया। इस तरह ही मिजाइलों के खेत्र दे विच मुकाबला होया, वध तो वध हथियार लिजा सकण वालियां मिजाइलों, वध तो वध लंबी दूरी वाली ते मार कर सकण वालियां मिजाइलों, इंटरकॉन्टीनेंटल मिजाइलों। इस तरह एक राज जिहड़ा कोई नवा हथियार डिवेलप कर लैंदा सी दूसरा राज दूसरी महाशक्ति पूरी कोशिश करती सी कि उस टेक्नीक का भेद पा के आप भी उस तरह के हथियार बनाए जाण। हथियारों की इस अन्नी दौड़ ने पूरे वर्ल्ड नूं चिंता दे विच पा के रखिया कि जेकर कितें कोई अचानक इन्हां दा युद्ध लग गया दो महाशक्तियां दा तां इह इन्ने हथियार इकट्ठे कर ले सी दोहां ने कि पूरे वर्ल्ड नूं इह खत्म कर सकते ने। संयुक्त राष्ट्र जिहड़ा दूसरे विश्व युद्ध तों बाद स्थापित किया गया सी विश्व दे विच शांति कायम रखण लई, उह इस दो ध्रुवी दुनिया की जिहड़ी पॉलिटिक्स सी उसकी भेंट चढ़ गया। दोहां वड्डियां शक्तियां ने संयुक्त राष्ट्र नूं उह जिम्मेवारी निभाउण तों रोकण की कोशिश की जिस लई इस दा गठन होया सी। उह जिम्मेवारी सी विश्व दे विच शांति नूं कायम रखना अते किसी भी राज नूं हमलावर राज बनण तों रोकना। हुण युद्ध जदों कोई शुरू हुंदा सी दो राज्यां दा तां उहनां दे विचों हमलावर राज किहड़ा है, यूनाइटेड नेशन दे चार्टर दे अनुसार सब तो पहला यह फैसला करना पैंदा है कि दो लड़ रहे राज्यां दे विचों हमलावर किहड़ा है, हमला किसने किया है अते किहड़ा राज डिफेंस ते है अपने आप नूं बचाउण लई लड़ रहा है। यह फैसला करना असंभव हो जाता सी, मुश्किल हो जाता सी। फिर जे यह फैसला हो जाता सी कि किहड़ा राज हमलावर है तां फिर यह फैसला करना मुश्किल हो जाता सी कि उस राज दे विरुद्ध की कार्रवाई की जानी चाहीदी है, क्योंकि जे वह राज हमलावर राज है जिहड़ा वह USA का समर्थक हुंदा सी तां USA कोई रेजोल्यूशन नहीं सी पास होण दिंदा सिक्योरिटी कौंसल दे विच, अते जे इस तरह का राज USSR का सपोर्टर हुंदा सी तां USSR उस दे खिलाफ कोई रेजोल्यूशन पास नहीं सी होण दिंदा, क्योंकि दोहे ही महाशक्तियां ने जिहड़ियां वह यूनाइटेड नेशन सिक्योरिटी कौंसल दियां परमानेंट मैंबर ने, तो दोहां कोल ही वीटो पावर है। दो ध्रुवी विश्व दे लाभ अते हानियां दा अध्ययन करन तों बाद असीं कंकलूड कर सकते हाँ कि बहुत सारे लाभ भी होए बहुत सारियां हानियां भी होईयां। दो ध्रुवी विश्व व्यवस्था विश्व विच ऐसे समय ते प्रचलित रही है जदों शीत युद्ध ने पूरे संसार नूं अपनी लपेट दे विच लिया होया सी, पूरी पीक ते रहा है कोल्ड वार जिन्ना चिर दो ध्रुवी व्यवस्था बनी रही है। दो ध्रुवी व्यवस्था दे बहुते जिहड़े नकारात्मक नतीजे ने जिवें कि हथियारां दी दौड़ होना, संयुक्त राष्ट्र नूं नकारा करना, कमजोर राज्यां दे राही प्रोक्सी वार्स लड़नियां, ये इस करके ही वेखे जाते हैं क्योंकि उस समय शीत युद्ध चल रहा सी। हो सकता है जेकर शीत युद्ध ना हुंदा तां दो ध्रुवी व्यवस्था इन्हां कमियां दा इन्हां जिहड़े नकारात्मक नतीजे दा ने इन्हां दा कारण ना बनदी।
इस व्यवस्था ने शीत युद्ध नूं किसे वास्तविक युद्ध दे विच बदलन तों बचा के रखिया। इह इसदी प्राप्ति कही जा सकती है। हुण शीत युद्ध दो ध्रुवी व्यवस्था कारण ही चलिया जां उस दे कारण कोई होर सी, इह अगे डूंघाई वाला विश्लेषण वाला विशा है। परंतु शीत युद्ध नूं एक्चुअल वार दे विच बनन तों रोक के रखिया, कंट्रोल करके रखिया, इस नूं असीं दो ध्रुवी व्यवस्था की प्राप्ति भी कह सकते हाँ। असीं कह सकते हाँ कि जिन्ना चिर शीत युद्ध जिन्ना चिर दो ध्रुवी व्यवस्था बनी रही 1945 तों लैके 1990 तक, उन्ना चिर विश्व दे विच पूरा टेंशन वाला माहौल रहा। विश्व ने अपने आप नूं बड़ा खतरनाक समय दे विच महसूस किया। परंतु विश्व दे चंगे भागां नाल उस समय दौरान कोई आपसी वड्डा युद्ध नहीं होया, विशेष करके महाशक्तियां दा आपसी युद्ध नहीं होया, जिस करके विश्व डरिया तो रहा पर विश्व अपने आप विश्व सेफ रहा, सुरक्षित रहा। बहुत बहुत धन्यवाद। गुड लक।